हर चीज खूबसूरत होती है, लेकिन हर कोई उन्हें नहीं देख पाता, क्योंकि खूबसूरती देखने वाले दे अखां दे विच होती है। सत श्री अकाल दोस्तों, मैं लवल औजला विजिट पंजाब चैनल दे इस एपीसोड दे विच मैं तुहाडा सारिआं दा स्वागत करता हाँ। दोस्तों अज मैं तुहानूं नकोदर चौंक तो ज्योति चौंक तक लैके जावांगा। ਇਹ ਜੀ ਜਲੰਧਰ ਦਾ ਨਕੋਦਰ ਚੌਂਕ ਹੈ। ਆ ਖੱਬੇ ਹੱਥ ਨੂੰ ਜਿਹੜੀ ਸੜਕ ਜਾਂਦੀ ਹੈ ਉਹ ਬੱਸ ਸਟੈਂਡ ਨੂੰ ਚੱਲ ਜਾਂਦੀ ਹੈ। ਉਹ ਸਾਹਮਣੇ ਜਿਹੜੀ ਤੁਸੀਂ ਦੇਖ ਰਹੇ ਹੋ ਸੜਕ ਉਹ ਨਕੋਦਰ ਨੂੰ ਚੱਲ ਜਾਂਦੀ ਹੈ। ਅਤੇ ਇੱਧਰ ਜੀ ਸਾਡਾ ਕਪੂਰਥਲਾ, ਕਪੂਰਥਲੇ ਨੂੰ ਰਾਹ ਜਾਂਦਾ ਹੈ ਅਤੇ ਇੱਧਰ ਸੜਕ ਚੱਲ ਜਾਂਦੀ ਹੈ ਜੋਤੀ ਚੌਂਕ ਨੂੰ। ਨਕੋਦਰ ਚੌਂਕ ਤੋਂ ਜੋਤੀ ਚੌਂਕ ਤੱਕ ਸਾਡਾ ਬਹੁਤ ਆਉਣਾ ਜਾਣਾ ਹੁੰਦਾ ਸੀ। ਇੱਕ ਤਾਂ ਅਸੀਂ ਕੰਮ ਕਰਦੇ ਹੁੰਦੇ ਸੀਗੇ ਅਤੇ ਦੂਜਾ ਅਸੀਂ ਫਿਲਮਾਂ ਵੀ ਦੇਖਣ ਜਾਂਦੇ ਹੁੰਦੇ ਸੀਗੇ, ਪਰ ਜਿਹੜੇ ਸਿਨੇਮਾ 'ਚ ਅਸੀਂ ਫਿਲਮ ਦੇਖਣ ਜਾਂਦੇ ਸੀਗੇ ਉਹ ਸਾਰੇ ਹੁਣ ਗਾਇਬ ਹੋ ਗਏ ਮਲਟੀਪਲੈਕਸ ਦੇ ਕਰਕੇ। ਇੱਥੇ ਖੜ੍ਹੇ ਹੋ ਕੇ ਬੱਸਾਂ ਦੀ ਅਸੀਂ ਵੇਟ ਕਰਦੇ ਹੁੰਦੇ ਸੀਗੇ। ਹਾਂ ਜੀ ਸਾਹਮਣੇ ਲਵਲੀ ਓਟੋਸ, ਹਾਂ ਜੀ ਰਾਹ ਜੋਤੀ ਚੌਂਕ ਨੂੰ ਜਾ ਰਿਹਾ ਸਿੱਧਾ। ਉਹ ਜੀ ਸਾਹਮਣੇ ਨਕੋਦਰ ਚੌਂਕ ਹੈ। ਅੱਜ ਹੀਰੋ ਵਾਲਿਆਂ ਦਾ ਸ਼ੋਅਰੂਮ ਹੈ। ਅੱਜ ਪਿੱਪਲ ਬਹੁਤ ਪੁਰਾਣਾ ਹੈ, ਇਹਦੇ ਲਾਗੇ ਹੀ ਲਾਲ ਰਤਨ ਸਿਨੇਮਾ ਹੁੰਦਾ ਸੀ। ਕਹਿੰਦੇ ਕਿ ਪਿੱਪਲ ਦੀ ਉਮਰ ਬਹੁਤ ਹੁੰਦੀ ਹੈ, 150-200 ਸਾਲ, 300 ਤੱਕ ਵੀ, ਅਤੇ ਉਸ ਤੋਂ ਵੀ ਜ਼ਿਆਦਾ। ਅੱਜ ਇੱਥੇ ਸਾਹਮਣੇ ਹੁੰਦਾ ਸੀਗਾ ਲਾਲ ਰਤਨ ਸਿਨੇਮਾ, ਬਹੁਤ ਹੀ ਵੱਡਾ ਸਿਨੇਮਾ ਸੀਗਾ। ਲਾਲ ਰਤਨ ਸਿਨੇਮੇ ਤੋਂ ਬਾਅਦ ਅੱਗੇ ਜੋਤੀ ਸਿਨੇਮਾ ਆ ਜਾਂਦਾ ਸੀ, ਤੁਸੀਂ ਦੇਖੋਗੇ ਅੱਗੇ ਉੱਥੇ ਹੁਣ ਮੌਲ ਬਣ ਗਿਆ ਹੈ। ਫਿਰ ਫਰੈਂਡ ਸਿਨੇਮਾ ਸੀਗਾ, ਨਾਚ ਸਿਨੇਮਾ ਸੀਗਾ, ਇਹ ਸਾਰੇ ਹੁਣ ਬੰਦ ਹੋ ਗਏ ਨੇ। ਦੋਸਤੋ ਇਸੀ ਤਰ੍ਹਾਂ ਮੈਂ ਜਲੰਧਰ ਦੇ ਬਾਕੀ ਹੋਰ ਵੀ ਖਾਸ ਇਲਾਕੇ ਤੁਹਾਡੇ ਨਾਲ ਸਾਂਝੇ ਕਰਦਾ ਰਹਾਂਗਾ ਆਪਣੀ ਵੀਡੀਓਜ਼ ਦੇ ਵਿੱਚ। ਚੰਗਾ ਜੀ ਦੋਸਤੋ, ਫਿਰ ਦੇਖੋ ਤੁਸੀਂ ਨਕੋਦਰ ਚੌਂਕ ਤੋਂ ਜੋਤੀ ਚੌਂਕ ਨੂੰ ਜਾਂਦੇ ਹੋਏ ਇਸ ਰਾਹ ਨੂੰ ਅਤੇ ਨਾਲ ਇਸਦੀ ਮਾਰਕੀਟ ਨੂੰ। ਮੈਂ ਤੁਹਾਨੂੰ ਮਿਲਾਂਗਾ ਅਗਲੀ ਵੀਡੀਓ ਦੇ ਵਿੱਚ। ਰੱਬ ਰੱਖਾ।
ਗਰਮੀਆਂ ਦਾ ਦਿਨ ਅਤੇ ਭੁੱਖ ਲੱਗੀ ਹੋਈ ਜ਼ੋਰਾਂ ਨਾਲ ਤੁਹਾਨੂੰ, ਅਤੇ ਰਾਹ ਵਿੱਚ ਤੁਹਾਨੂੰ ਪੂੜੀਆਂ ਅਤੇ ਛੋਲਿਆਂ ਦਾ ਲੰਗਰ ਮਿਲ ਜਾਵੇ, ਅਤੇ ਇਸ ਤੋਂ ਵਧੀਆ ਕੀ ਹੋ ਸਕਦਾ ਹੈ। ਗੋਲੀ ਵਾਲੇ ਬੱਤੇ ਸਾਰਿਆਂ ਨੇ ਪੀਤੇ ਹੋਣਗੇ ਆਪਣੇ ਟਾਈਮ 'ਚ, ਜਦ ਤਾਂ ਮੈਨੂੰ ਯਾਦ ਆਇਆ 2.5 ਰੁਪਏ ਦੇ ਇੱਕ ਬੋਤਲ ਆਉਂਦੀ ਹੁੰਦੀ ਸੀਗੀ। ਇੱਥੇ ਜੀ ਨਾਚ ਸਿਨੇਮਾ ਹੁੰਦਾ ਸੀ ਪਹਿਲਾਂ, ਆ ਜੀ ਜਲੰਧਰ ਦੀ ਸਭ ਤੋਂ ਮਸ਼ਹੂਰ ਦੁਕਾਨ ਮਿਠਾਈ ਦੀ, ਲਵਲੀ ਸਵੀਟ।